ਪਾਇਰਮ ਸਰਕਾਰਯੋਗ ਸਾਧ ਸੰਗਤ ਜੀ ਮਾਨਵੀਤਿਏ ਕਾਗਰ ਕਰ ਲਈਏ ਤਿਆਗੀ ਟਾਂਸੀ ਸਾਧਗੁਰੂ ਰਾਮ ਸਿੰਘ ਜੀ ਟਾਂਸੀ ਸਾਧਗੁਰੂ ਜਗਜੀਤ ਸਿੰਘ ਜੀ ਟਾਂਸੀ ਸਾਧਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅਸੀਂ ਰਾਮ ਸਿੰਘ ਜੀ ਦੀਆਂ ਇਸਤਰੀਆਂ ਉੱਤੇ ਪਰੂਪਕਾਰ ਵਿੱਚੋ ਸਾਖਿਆ ਕਰ ਰਹੇ ਹਾਂ ਕੁਛ ਮਾਈਆਂ ਦੀਆਂ ਅੱਜ ਅਸੀਂ ਮਾਈ ਭਾਗਨ ਦੀ ਸਾਖੀ ਸਰਵਨ ਕਰਾਂਗੇ 20 ਸਾਲ ਦੀ ਉਮਰ ਵਿੱਚ ਮਾਈ ਭਾਗਣ ਵਿਧਵਾ ਹੋ ਗਏ ਸ਼ਾਮ ਸਿੰਘ ਦੀ اٹਾਰੀ ਉਦਾਸੀ ਸਾਧੂ ਪਾਸੋਂ ਵਿਦਿਆ ਅਤੇ ਵਿਦਾਂਤ ਪੜ੍ਹੇ ਇੱਥੇ ਬੀਬੀ ਹੁਕਮੀ ਜੋ ਸੂਬੇ ਦੀ ਪਦਵੀ ਤੇ ਸੀ ਦਾ ਮਿਲਾਪ ਹੋਇਆ ਕਕੜੀ ਨਗਰ ਸ਼੍ਰੀ ਸਾਧਗੁਰਾਂ ਸਿੰਘ ਜੀ ਦੇ ਦਰਸ਼ਨ ਹੋਏ ਉਹ ਨਰੇ ਹੁਕਮ ਨਾਲ ਸੂਬਾ ਸਾਹਿਬ ਸਿੰਘ ਜੀ ਪਾਸੋਂ ਭਜਨ ਪੁੱਛਿਆ 1863 ਦੀ ਵਿਸਾਖੀ ਨੂੰ ਸਾਧਗੁਰਾਂ ਦੀ ਹਜ਼ੂਰੀ ਵਿੱਚ ਅੰਮ੍ਰਿਤ ਬਾਣ ਕੀਤਾ ਸਤਗੁਰਾਂ ਦੇ ਪ੍ਰਦੇਸ਼ ਜਾਣ ਵੇਲੇ ਇਹ ਦੋਨੀਆਂ ਬੀਬੀਆਂ ਭੈਣੀ ਸਾਹਿਬ ਸਨ ਮਿਸਟਰ ਕਾਵਨ ਡੀਸੀ ਨੇ ਇਸ ਸਤਗੁਰੂ ਨੂੰ ਸਤਗੁਰੂ ਜੀ ਨੂੰ ਲੁਧਿਆਣੇ ਤੋਂ ਪ੍ਰਦੇਸ਼ ਨੂੰ ਤੋਰ ਕੇ ਮਿਸਟਰ ਬੇਲੀਨ ਨੂੰ ਭੈਣੀ ਸਾਹਿਬ ਚਾਲੀ ਘਰਖੇ ਕੋੜ ਸਫਾਰ ਦੇ ਕੇ ਭੇਜਿਆ ਕਿ ਬਾਕੀ ਰਹਿੰਦੇ ਕੁੱਕੇ ਫੜ ਕੇ ਲਿਆਓ ਇਸ ਵਕਤ ਭੈਣੀ ਸਾਹਿਬ 150 ਦੇ ਕਰੀਬ ਮਰਦ ਔਰਤਾ ਅਤੇ ਬੁੱਢੇ ਸਨ ਜਿੰਨਾਂ ਵਿੱਚੋਂ 6 ਸੁਬੀਆਂ ਨੂੰ ਅਲਾਗ ਲੁਧਿਆਣੇ ਨੂੰ ਪੇਜ ਕੇ ਬਾਕੀ ਦੀਆਂ ਨੂੰ ਇਕੱਠੇ ਅੰਦਰੋਂ ਬਾਹਰ ਕੱਢਣ ਵਾਸਤੇ ਪੇਡਾਂ ਬੱਕਰੀਆਂ ਵਾਂਗੂ ਹੱਕਿਆ ਜਾ ਰਿਆ ਸੀ ਹੱਕਿਆ ਜਾ ਰਿਆ ਸੀ ਇੱਕ ਕਮੰਡੀ ਨੰਬਰਦਾਨੀ 70 ਸਾਲ ਦੇ ਬਜ਼ੁਰਗ ਕਿਸ ਸਿੰਘ ਨੂੰ ਅੰਦਰੋਂ ਬਾਹਰ ਕਢਦਿਆਂ ਤੱਕਾ ਮਾਰਿਆ। ਬਾਬਾ ਜੀ ਕਮਜ਼ੋਰ ਹੋਣ ਕਰਕੇ ਡਿੱਗਦੇ ਡਿੱਗਦੇ ਮਸਾਂ ਬੱਚੇ। ਬੀਬੀ ਭਾਗ ਭਾਗਣ ਨਾ ਰਹਿ ਸਕੇ। ਕਮੰਡੀ ਗਦਰ ਵਾਲ ਚਪੇੜ ਮਾਰਨ ਨੂੰ ਹੱਕ ਚੁੱਕਿਆ। ਤਾਂ ਬੀਬੀ ਭਾਗਣ ਦਾ ਬੀਬੀ ਹੁਕਮੀ ਨੇ ਹੱਥ ਫੜਿਆ ਤੇ ਕਿਹਾ ਕਿ ਸਮੇ ਨੂੰ ਵਿਚਾਰ ਕੇ ਆਪਣਾ ਆਪ ਸੰਭਾਲੋ। ਬੀਬੀ ਭਾਗਣ 6 ਫੁੱਟੀ ਲੰਬੀ ਜਵਾਨ ਹੱਤ ਵਿੱਚ ਸਫਾ ਜੰਗ ਸਿਰ ਤੇ ਦਸਤਾਰ ਅਤੇ ਮਾਲਾ ਅਸਣ ਪਹੁਵੇ ਗੜਵਾਰਕ ਡੀਸੀ ਇਸ ਠੰਡੀ ਦੇ ਮੌਸਮ ਵਿੱਚ ਜਥੇ ਨੂੰ ਪੈਦਲ ਤੋਰ ਕੇ 14 ਮੀਲ ਤੇ ਲੁਧਿਆਣੇ ਲਿਆਂਦਾ ਗਿਆ ਰਾਤ ਨੂੰ ਮਿਸਟਰ ਕਾਵਨ ਸਾਹਮਣੇ ਸਾਰਿਆਂ ਦੇ ਬਿਆਨ ਲੈ ਕੇ ਲੈ ਕੇ ਫਿਰੋਜ਼ਪੁਰ ਕਿਲਾ ਜੇਲ੍ਹ ਵਿੱਚ ਭੇਜ ਦਿੱਤੇ ਗਏ ਉੱਥੇ ਦੇ ਡੀਸੀ ਨੇ ਬੀਬੀ ਭਾਗਣ ਨੂੰ ਕੁਝ ਦਿਨਾਂ ਬਾਅਦ ਅੰਮ੍ਰਿਤਸਰ ਭੇਜ ਦਿੱਤਾ ਅੰਮ੍ਰਿਤਸਰ ਦੇ ਡੀਸੀ ਨੇ ਵਾਪਸ ਉਸ ਦੇ ਪਿੰਡ ਸ਼ਾਹਬਾਜ਼ ਪੂਰਾ ਪੇਜ ਕੇ ਹੱਦਬੰਦੀ ਨਜ਼ਰਬੰਦ ਕਰਵਾ ਦਿੱਤਾ ਮਗਰ ਦਰਸ਼ਨ ਦੇ ਪ੍ਰੇਮੀ ਕਿਵੇਂ ਰਹਿ ਸਕਣ ਕੁਝ ਮਹੀਨੇ ਬਾਅਦ ਬੀਬੀ ਭੈਣੀ ਸਹਿਬ ਆ ਗਈ ਬਾਰ ਬਟਨ ਪੁਲਿਸ ਸੁਪਰੀਡੈਂਟ ਜੋ ਨਾਮਧਾਰੀਆਂ ਦੀ ਨਿਗਰਾਨੀ ਤੇ ਹੀ ਲੱਗਿਆ ਹੋਇਆ ਸੀ ਕਦੇ-ਕਦੇ ਭੈਣੀ ਸਾਹਿਬ ਦਰਵਾਜ਼ੇ ਬਿਠਾਈ ਪੁਲਿਸ ਨੂੰ ਤਾੜਨਾ ਕਰ ਨਾ ਜਾਂਦਾ ਸੀ ਤਾਂ ਬੀਬੀ ਉਸ ਨੂੰ ਨੀ ਧੜਕ ਸਾਹਮਣੇ ਸੱਚੀਆਂ ਸੁਣਾ ਦਿੰਦੀ ਸੀ ਕਿ ਜ਼ੁਲਮ ਕਰਨ ਵਾਲੇ ਪਾਪੀ ਗਰਖ ਹੋਣਗੇ ਇੱਕ ਦਿਨ ਬਾਰ ਬਟਨ ਨੇ ਗੁਰੂ ਅਰਜਨ ਸਿੰਘ ਜੀ ਪਾਸ ਸ਼ਿਕਾਇਤ ਕੀਤੀ ਕਿ ਭਾਗਣ ਮੈਨੂੰ ਗਾਲਾਂ ਕੱਢਦੀ ਹੈ ਤਾਂ ਗੁਰੂ ਅਰਜਨ ਸਿੰਘ ਜੀ ਨੇ ਬੀਬੀ ਨੂੰ ਦੱਸਿਆ ਪੁੱਛਿਆ ਬੀਬੀ ਨੂੰ ਕਿਸ ਤੜਾਰ ਸੀ ਉਸੇ ਵਕਤ ਸੁਣਾ ਦਿੱਤੀਆਂ ਕਿਉਂ ਵੇ ਬਟਣਾ ਕੁੱਤਿਆਂ ਹਰਾਮੀਆਂ ਕਿਹੜਾ ਚੁਗਲਖੋਰ ਨੰਬਰਦਾਰ ਤੈਨੂੰ ਦੱਸਦਾ ਹੈ ਕਿ ਮੈਂ ਤੈਨੂੰ ਗਾਲਾਂ ਕੱਢਦੀ ਹਾਂ ਬਾਹਰ ਬਟਨ ਸ਼ਰਮਿੰਦਾ ਹੋ ਕੇ ਕਹਿੰਦਾ ਹੈ ਕਿ ਬਾਬਾ ਜੀ ਤੁਹਾਨੂੰ ਤੁਸੀਂ ਅਤੇ ਤੁਹਾਡੇ ਸੇਵਕ ਮੈਨੂੰ ਭਾਗਣ ਗਾਲਾਂ ਨਹੀਂ ਕੱਢਦੀ ਸ਼ਰਮਿੰਦਾ ਹੋ ਤੁਰ ਗਿਆ ਐਸੀ ਸ਼ੇਰਦਿਲ ਬੀਬੀ ਭਾਗਣ ਦੇਸ਼ ਭਗਤ ਸੰਤਮੀ ਅਗਲੀ ਬੀਬੀ ਹੈ ਬੀਬੀ ਹੁਕਮੀ ਸੁਬਾ 11 ਸਾਲ ਦੀ ਵਸਥਾ ਵਿੱਚ ਵਿਜ੍ਯਾ ਹੋ ਕੇ ਵਿਧਵਾ ਹੋ ਗਈ। ਅੰਮ੍ਰਿਤਸਰ ਸੰਤ ਮਿਸ਼ਰਾ ਸਿੰਘ ਜੀ ਦੇ ਧਰਮਸ਼ਾਲਾ ਵਿੱਚ ਵਿਦਾਂਤ ਵਿਦਿਆ ਪੜੀ। ਸੰਤਨੀ ਚਰਨ ਗੌਰ ਦੇ ਸੰਗਤਕਾਰ ਕੇ ਸ਼ਬਦ ਸੂਰਤ ਦੇ ਅਭਿਆਸ ਨਾਲ ਆਤਮਦਰਸ਼ੀ ਹੋ ਗਈ। ਸੇ ਸਾਧਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਬਾਣ ਕੀਤਾ। ਨਾਮ ਦੀ ਦਾਤ ਪ੍ਰਾਪਤ ਕੀਤੀ। 1863 ਈਸਵੀ ਤੋਂ ਲੈ ਕੇ ਆਪ ਨੇ ਧਰਮ ਸਿੱਖੀ ਨਾਮ ਧਾਰੀ ਪ੍ਰਚਾਰ ਸ਼ੁਰੂ ਕੀਤਾ। ਜੀਲਾ ਫਿਰੋਜ਼ਪੁਰ ਪਟਿਆਲਾ ਨਾਬਾਦੇ ਸੰਗਰੂਰ ਦੀ ਅਰਿਆਸਤਾ ਵਿੱਚ ਘੋੜਸਵਾਰ ਹੋ ਪ੍ਰਚਾਰ ਸ਼ੁਰੂ ਕੀਤਾ 사ਤਗੁਰੂ ਵੱਲੋਂ 사ਤਗੁਰਾਂ ਵੱਲੋਂ ਤਾਂ ਹੀ ਆਪ ਨੂੰ ਸੁਬੇਦੀ ਪਦਵੀ ਮਿਲੀ ਆਪ ਦਾ ਭਰਾ ਨੈਣਾ ਸਿੰਘ 사ਤਗੁਰਾਂ ਦਾ ਅਨੰਦ ਸੇਵਕ ਸੀ 사ਤਗੁਰਾਂ ਦੇ ਪ੍ਰਦੇਸ਼ ਜਾਣ ਵੇਲੇ ਆਪ ਭੈਣੇ ਸਾਹਿਬ ਤੋਂ ਜਥੇ ਦੇ ਨਾਲ ਲੁਧਿਆਣੇ ਕਾਵਨ ਡੀਸੀ ਅੱਗੇ ਪੇਸ਼ ਹੋਏ ਕੁਝ ਦਿਨ ਲੁਧਿਆਣੇ ਦੀ ਜੇਲ੍ਹ ਵਿੱਚ ਰੱਖ ਕੇ ਅੰਮ੍ਰਿਤਸਰ ਭੇਜ ਦਿੱਤਾ ਅੰਮ੍ਰਿਤਸਰ ਤੋਂ ਡੀਸੀ ਨੇ ਉਨਾਂ ਦੇ ਨਗਰ ਵਿਰਿਆਹ ਨਜ਼ਰਬੰਦ ਪੁਲਿਸ ਦੀ ਨਿਗਰਾਨੀ ਹਟ ਕਰ ਦਿੱਤਾ ਘਰ ਰਹਿ ਕੇ ਆਪਣਾ ਨਿਤਨੇਮ ਭਜਨ ਬੰਦਗੀ ਇੱਕ ਰਾਸ਼ ਸ਼ਬਦ ਸੁਰਤ ਦਾ ਅਭਿਆਸ ਸਾ ਸੰਗਤ ਦੀ ਸੇਵਾ ਵਿੱਚ ਆਪਣਾ ਸਮਾਂ ਬਿਤਾਉਣਾ ਸ਼ੁਰੂ ਕੀਤਾ ਬੱਚੇ ਬੱਚਿਆਂ ਨੂੰ ਧਾਰਮਿਕ ਵਿਦਿਆ ਪੜ੍ਹਾਉਣ ਦੀ ਵੀ ਸੇਵਾ ਸੰਭਾਲੀ ਕਦੇ-ਕਦੇ ਸਾਧਗੰਡ ਦੀ ਯਾਦ ਵਿੱਚ ਵੈਰਾਗੀ ਹੋ ਜਾਣਾ ਆਈ ਸਾਧਾ ਸੰਤਾਂ ਨਾਲ ਬਚਨ ਕਰਨੀ ਮਗਰ ਪੈਣੀ ਸਹਿਬ ਜਾਣਾ ਮੁਸ਼ਕਿਲ ਹੋ ਗਿਆ ਸੀ ਘਰ ਦੀ ਖੁਰਾਕ ਦੁੱਧ ਦਹੀਂ ਮੱਖਣ ਖਾ ਕੇ ਸਰੀਰ ਤੇ ਆਤਮਾ ਨੂੰ ਬਲਵਾਨ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਦੇ ਕਸ਼ਟ ਖਿੜੇ ਮੱਥੇ ਝਾਲ ਸਕਣ ਬੇਸ਼ੁਮ ਸਰਕਾਰੀ ਕਰਮਚਾਰੀ ਰਿਪੋਰਟਾਂ ਦੇ ਨੇ ਭੈਣੀ ਸਾਹਿਬ ਦੀਆਂ ਖਬਰਾਂ ਪੁਲਿਸ ਕਾਨੂੰਨ ਤੋਂ ਵਾਦ ਸ਼ਕਤੀਆਂ ਕਰਕੇ ਵਰਤਦੀ ਇੱਕ ਦਿਨ ਮਾਨ ਵਿੱਚ ਇਹੋ ਵਿਚਾਰ ਕਰਦੀ ਸੀ ਕਿ ਰਾਤ ਨੂੰ ਚੀਨੀ ਵਾਲੇ ਬਾਦਸ਼ਾਹ ਨੇ ਆ ਕੇ ਦਰਸ਼ਨ ਦਿੱਤੇ ਸੇਰ ਰਾਤ ਸਤੇਰ ਹੱਥ ਰੱਖ ਕੇ ਪਿਆਰ ਦਿੱਤਾ ਆਸ਼ੀਰਵਾਦ ਦੇ ਕੇ ਕਿਆ ਪੁੱਤਰੀ ਭਜਨ ਬਾਣੀ ਸਿਮਰਨ ਵਿੱਚ ਕੁਝ ਸਮਾਂ ਬਿਤਾਓ ਜ਼ੁਲਮ ਦੀ ਹਨੇਰੀ ਥੋੜਾ ਚੀਰ ਹੁੰਦੀ ਹੈ ਕਾਦਰ ਦੀ ਕੁਦਰਤ ਅਨੁਸਾਰ ਉਸ ਤੋਂ ਬਾਅਦ ਆਕਾਸ਼ ਸਫਾ ਹੋ ਜਾਂਦਾ ਹੈ ਖੀਮਾ ਧੀਰਜ ਨਾਲ ਜਾਲਮ ਦਾ ਜ਼ਬਰ ਸਹਿ ਜਾਣਾ ਜਾਲਮ ਦੀ ਹਕੂਮਤ ਨੂੰ ਤਬਾਹ ਕਰ ਦੇਵੇਗਾ ਤੇਰੀ ਕੋਈ ਹਵਾਵਾਲ ਵੇਖ ਵੀ ਨਹੀਂ ਸਕਦਾ ਸਾਧਗੁਰੂ ਤੇਰੇ ਆਂਗ-ਸਾਂਗ ਹਨ ਅੰਮ੍ਰਿਤ ਵੇਲਾ ਹੋਇਆ ਸੰਤ ਬਚਨਪਾਲ ਸਿੰਘ ਪੰਮਾ ਬੰਦੀ ਵਾਲੇ ਆ ਪਹੁੰਚੇ ਸਾਦੇ ਦਰਸ਼ਨਾਂ ਵਿੱਚ ਸਾਧਗੁਰਾਂ ਦੇ ਦਰਸ਼ਨ ਦਾ ਝਲਕਾਰਾ ਮਿਲਦਾ ਹੈ ਧਰਮ ਪ੍ਰਾਪੈਣ ਪਿਆਰ ਨਾਲ ਮਿਲੇ ਜਲ ਪਾਣੀ ਦੀ ਸੇਵਾ ਤੋਂ ਬਾਅਦ ਬਚਨ ਸ਼ੁਰੂ ਹੋਏ ਸੰਤ ਬਚਨ ਸਿੰਘ ਜੀ ਨੇ ਆਪਣੀ ਜ਼ੁਬਾਨੀ ਪੈਣੀ ਸਾਹਿਬ ਦਾ ਸਾਰਾ ਸਮਾਚਾਰ ਸੁਨਾਇਆ। ਬੀਬੀ ਹੁਕਮੀਏ ਸਭ ਸੁਣ ਕੇ ਰਹਿ ਨਾ ਸકી। ਕੁਝ ਦਿਨ ਬਾਅਦ ਘੋੜੇ ਤੇ ਸਵਾਰ ਹੋ ਕੇ ਰਾਤ ਵੇਲੇ ਪਿੰਡੋਂ ਪੈਣੀ ਸਾਹਿਬ ਨੂੰ ਚੱਲੇ ਪਾਏ। ਪੈਣੀ ਸਾਹਿਬ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਅੰਦਰ ਜਾਣਾ ਮਿਲਿਆ। ਸਾਧਗੁਰਾਂ ਦੀ ਚਰਨ ਪਰਸ ਕੀ ਹਿਰਦੇ ਦੇ ਵਿਰਾਗ ਦਾ ਪਾਣੀ ਅੱਖਾਂ ਰਸਤੇ ਕੱਢਿਆ। ਪੁਲਿਸ ਦੇ ਹੁਕਮ ਅਨੁਸਾਰ ਜ਼ਿਆਦਾ ਦਿਨ ਇੱਥੇ ਠਹਿਰ ਨਹੀਂ ਸੀ ਸਕਦੇ। ਪਟਿਆਲਾ ਨੱਬਾ ਫਰੀਦਕੋਟ ਸਗਰੂਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਵਾਲnik ਲਗੇ 2 ਸਾਲ ਪਿੰਡੋਂ ਪਿੰਡ ਪ੍ਰਚਾਰ ਕੀਤਾ ਧਰਮ ਵਿਰੁੱਧ ਦੇਸ਼ ਦੀ ਗੁਲਾਮੀ ਹਕੂਮਤ ਦੇ ਅਤਿਆਚਾਰ ਦੱਸੇ ਹਕੂਮਤ ਹਕੂਮਤ ਦੇ ਅਤਿਆਚਾਰ ਦੱਸੇ ਹਕੂਮਤ ਇਸ ਚੀਜ਼ ਨੂੰ ਕਿਵੇਂ ਚੱਲ ਚੱਲਣ ਦਿੰਦੀ ਉਹ ਖੁਫੀਆ ਪੁਲਿਸ ਹੱਥੀ ਪਕੜੇ ਗਏ ਘੋੜਾ ਅਤੇ ਸਮਾਨ ਸਾਰਾ ਜਬਤ ਹੋ ਗਿਆ ਫਿਰੋਜ਼ਪੁਰ ਦੇ ਡੀਸੀ ਸਾਹਮਣੇ ਪੇਸ਼ ਹੋਈ ਫਿਰੋਜ਼ਪੁਰ ਦੇ ਕਿਲਾ ਜੇਲ੍ਹ ਵਿੱਚ 2 ਸਾਲ ਦੀ ਕੈਦ ਸੁਣਾਈ ਗਈ ਇਸ ਕਿਲੇ ਪਰ ਸਤਗੁਰੂ ਰਾਮ ਸਿੰਘ ਜੀ ਨੇ ਮੁਕੱਦਮੀ ਦੀ ਲੜਾਈ ਤੋਂ ਬਾਅਦ ਉਸਾਰੀ ਦਾ ਕੰਮ ਕੀਤਾ ਸੀ ਉਸ ਸਮੇਂ ਦੀ ਜੇਲਾਂ ਨਰਕ ਨਾਲੋਂ ਘੱਟ ਨਹੀਂ ਸਨ ਬੀਬੀ ਜੀ ਨੂੰ ਰਾਜਸੀ ਕੈਦੀਆਂ ਵਿੱਚ ਰੱਖਿਆ ਗਿਆ ਇੱਥੇ ਇੱਕ ਖੂਈ ਗੁਸਲਖਾਨਾ ਤੇ ਗੁਸਲਖਾਨਾ ਵੀ ਸੀ ਬੀਬੀ ਨੇ ਪੂਜੇ ਛੋਲੇ ਕਣਕ ਅਤੇ ਗੁੜ ਮੰਗਵਾ ਕੇ ਪ੍ਰਯੋਗ ਨਾਮ ਅਭਿਆਸ ਸ਼ੁਰੂ ਕਰ ਦਿੱਤਾ ਆਤਮਾ ਪਹਿਲਾ ਹੀ ਉੱਚੀ ਸੁੱਚੀ ਜਤ ਸਤ ਦੇ ਬਾਲ ਨਾਲ ਹੋ ਚੁੱਕੀ ਸੀ ਨਾਮ ਮੰਤਰ ਸਤਗੁਰੂ ਰਾਮ ਸਿੰਘ ਜੀ ਦੇ ਹਿਰਦੇ ਵਿੱਚੋਂ ਮਿਲਿਆ ਹੋਵੇ ਇੱਕ ਰਸ ਸਮਾਧੀ ਸਥਿਤ ਚੌਂਕੜਾ ਮਾਰ ਰਾਤ ਸਵਾ ਪੈਰ ਰਹਿੰਦੀ ਤੋਂ ਬੈਠਣ ਲੱਗੀ ਉਸ ਸਮੇਂ ਦੀ ਕੈਦ ਇੱਕ ਜੀਵਨ ਕੋਲ ਪ੍ਰੀਖਿਆ ਸੀ जेला दे ऑफिसर निर्दयी आचरण दे खराब गिरे हुए ऑफिसर मिस्टर बरने जेल का मुआयना कर बीबी साधुआ वाग चौकड़ा मार सीधा लाख आसन पर समाधि स्थित शब्द सूरत लीव लीन हो बैठी है ਅਤੇ ਇੱਕ ਕਾਲਾ ਸਾਪ 4 ਕੁ ਫੁੱਟ ਲੰਬਾ ਉਸ ਦੇ ਮੋਢਿਆਂ ਉੱਪਰ ਦੀ ਹੁੰਦਾ ਹੋਇਆ ਦਰਵਾਜ਼ੇ ਤੱਕ ਆ ਕੇ ਛਪਨ ਹੋ ਗਿਆ ਤਾਂ ਗੋਰੇ ਨੇ ਰੋਲੀ ਪਾਈ ਸਨੇਕ ਸਨੇਕ ਇਹ ਸੁਣ ਕੇ ਉੱਥੇ ਦਾ ਦਰੋਗਾ ਦੀਨਾ ਨਾਥ ਆ ਗਿਆ ਉਸ ਨੇ ਮਿਸਟਰ ਬਰਨੀ ਨੂੰ ਇੱਕ ਪਾਸੇ ਲਿਜਾ ਕੇ ਦੱਸਿਆ ਕੀ ਸਾਹਿਬੀ ਤਾਂ ਕੋਈ ਸ਼ਕਤੀ ਦੇਵੀ ਹੈ ਇੱਕ नाग ਦੇਵਤਾ ਇਸ ਦੀ ਰੱਖਿਆ ਵਾਸਤੇ ਪੈਰਾ ਦੇਣਾ ਹੈ ਇੱਥੇ ਅਸੀਂ ਅਜੀਬ ਘੋਤਕ ਦੇਖੇ ਹਨ ਇਸ ਬੀਬੀ ਦਾ ਜੇਲ ਵਿੱਚ ਆਉਂਦਾ ਕੋਈ ਖਾਸ ਕਾਰਨ ਹੈ ਇੱਥੋਂ ਦੇ ਪੰਗੀ ਦਾ ਅਸਾਧ ਰੋਗ ਇਸ ਬੀਬੀ ਦੇ ਬਚਨ ਨਾਲ हट ਗਿਆ ਅਤੇ ਇੱਕ ਦਿਨ ਜੇਲ੍ਹ ਰੇਠੇ ਆਇਆ ਤੇ ਸ਼ਰਾਬ ਪੀ ਕੇ ਉਸ ਦਾ ਮਨ ਮਹਿਲਾ ਹੋ ਗਿਆ ਤੇ ਦਰਵਾਜ਼ਾ ਖੋਲ ਕੇ ਅੰਦਰ ਵੜਦੇ ਨੂੰ 나ਗ ਨੇ ਉਸ ਦੇ ਹੱਥ ਤੇ ਡਾਂਗ ਮਾਰਿਆ ਤੇ ਉਹ ਪਿੱਛੇ ਵੱਲ ਡਿੱਗਾ ਤੇ ਸ਼ਰਮਿੰਦਾ ਹੋ ਕੇ ਨਠਿਆ ਉਸੇ ਦਿਨ ਤੋਂ ਉਹ ਹਸਪਤਾਲ ਵਿੱਚ ਪਿਆ ਹੈ ਰਾਤ ਨੂੰ ਖੜਾਵਾ ਦੀ ਆਵਾਜ਼ ਟਕ ਟਕ ਸੁਣਦੀ ਹੈ ਬੰਦਾ ਕੋਈ ਨਜ਼ਰ ਨਹੀਂ ਆਉਂਦਾ ਇਹ ਦੀ ਵੀ ਭਗਤੀ ਸ਼ਕਤੀ ਵਾਲੀ ਹੈ ਆਪ ਇਸ ਦੀ ਸਿਫਾਰਿਸ਼ ਕਰੋ ਇਸ ਸਾਰੀ ਵਾਰਦਾਤ ਸੁਣ ਕੇ ਬਰਨੇ ਹੈਰਾਨ ਹੋਇਆ ਅਤੇ ਕਿਆ ਕੀ ਅੱਛਾ ਮੈਂ ਉੱਪਰ ਸਫਾਰਿਸ਼ ਕਰਾਂਗਾ ਜ ਉਸ ਬੇਬੀ ਨੂੰ ਬੀਬੀ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਕੋਈ ਖੁਦਾ ਦਾ ਕਹਿਰ ਸਾਡੇ ਉੱਪਰ ਨਾ ਆ ਜਾਵੇ ਇਹ ਗੱਲਾਂ ਕਰਦਿਆਂ ਉੱਥੇ ਇੱਕ ਹੋਰ ਗੋਰਾ ਮਿਸਟਰ ਵਿਲਕੀ ਆ ਗਿਆ ਸੀ ਉਹਨੇ ਇਸ ਬਾਰੇ ਹੋਰ ਖਬਰ ਦੱਸੀ ਕਿ ਮਿਸਟਰ ਕਾਵਨਟੀ ਮੇਮ ਜਿਸ ਨੇ ਨਾਮ ਦਾ ਰਿਸਨ ਤੋਪਾਂ ਨਾਲ ਉੜਦੇ ਦੇਖੇ ਸਨ ਬਿਮਾਰ ਹਸਪਤਾਲ ਪਈ ਨੀਂ ਬાગਲ ਹੋਈ ਬੋਲੀ ਜਾਂਦੀ ਹੈ ਕਿ ਕੁਕਿਆਂ ਦੀ ਕੁਰਬਾਨੀ ਅੰਗਰੇਜ਼ੀ ਹਕੂਮਤ ਨੂੰ ਤਬਾਹ ਕਰ ਦੇਵੇਗੀ ਓਕਾਵਨ ਨੂੰ ਵੀ ਮੰਦਾ ਬੋਲਦੀ ਹੈ ਜੇਲ੍ਹ ਵਿੱਚੋਂ ਬੀਬੀ ਹੁਕਮੀ ਦੀ ਰਿਹਾਈ ਤੇ ਮਾਈ ਜਵਾਲਾ ਦੇ ਨਾਲ ਮਿਲਾਪ ਮਿਸਟਰ ਬਰਨੇ ਨੇ ਬੀਬੀ ਦੀ ਰਿਪੋਰਟ ਡੀਸੀ ਅਤੇ ਪੰਜਾਬ ਦੇ ਗਵਰਨਰ ਨੂੰ ਲਿਖ ਭੇਜੀ ਬੀਬੀ ਵਾਸਤੇ ਜੇਲ੍ਹ ਵਿੱਚੋਂ ਰਿਹਾਈ ਦਾ ਹੁਕਮ ਆ ਗਿਆ ਜੇਲ੍ਹ ਵਿੱਚੋਂ ਛੁੱਟ ਕੇ ਬੀਬੀ ਸਿੱਧੇ ਅੰਮ੍ਰਿਤਸਰ ਮਾਈ ਜਵਾਲਾ ਦੇੇਂ ਪਾਸ ਆ ਗਈ ਸਤਗੁਰ ਆਪਣੇ ਸੇਵਕਾਂ ਦੀ ਹਰ ਮੁਸ਼ਕਿਲ ਵਿੱਚ ਅੰਗ-ਸੰਗ ਹੋ ਦੇਵ ਰੂਪ ਵਿੱਚ ਦਰਸ਼ਨ ਦੇ ਰੱਖਿਆ ਕਰਦਾ ਹੈ ਸਾਰੇ ਆਕ ਲਈਏ ਤਾਂ ਸਿਰ ਸਤਗੁਰਾਂ ਸਿੰਘ ਜੀ ਤੇ ਤਾਂ ਉਹਨਾਂ ਦੇ ਸਿੱਖ ਸੇਵਕ ਉਹਨਾਂ ਦੀ ਚਰਨਾਤੀ ਅਨੀ ਖਵਾਰ ਦੰਡੋ ਬੰਦਨਾ